ਆਜੋ ਵੀ ਸੱਜਣੋ ਅੱਜ ਤੁਹਾਨੂੰ ਇੱਕ ਹੋਰ ਘੋੜੀ ਦਿਖਾਈਏ ਨੁਕਰੀ ਚੰਗੀ ਘੋੜੀ ਐ ਡਿਟੇਲ ਅੱਗੇ ਸਾਰੀ ਤੁਹਾਡੇ ਨਾਲ ਹੀ ਸਾਂਝੀ ਕਰਾਂਗੇ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਜੇ ਕਿਸੇ ਸੱਜਣ ਨੇ ਆਪਦੇ ਕਿਸੇ ਜਾਨਵਰ ਦੀ ਐਡ ਕਰਾਉਣੀ ਹੋਵੇ ਆਪਣੇ ਇਸ ਚੈਨਲ ਤੇ ਵੀਡੀਓ ਬਣਾਉਣੀ ਹੋਵੇ ਤਾਂ ਵੀਡੀਓ ਦੇ ਅਖੀਰ ਦੇ ਵਿੱਚ ਆਪਣਾ ਦੋਸਤੋ ਨੰਬਰ ਚੱਲਦਾ ਹੁੰਦਾ ਉੱਥੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਹੜੇ ਵੀ ਰਾਣੇ ਹਾਲੇ ਤੱਕ ਨਹੀਂ ਕਰਿਆ ਵੀਡੀਓ ਜਾਂਦੇ ਜਾਂਦੇ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਸੋ ਆਜੋ ਇਸ ਘੋੜੀ ਬਾਰੇ ਗੱਲਬਾਤ ਕਰਦੇ ਆਂ ਇਹਦੀ ਡਿਟੇਲ ਤੁਹ ਕੁੜੀ ਦੋਸਤੋ ਇਹ ਉਮਰ ਪੱਖੋਂ 5.5 ਸਾਲ ਇਸ ਟਾਈਮ ਤੇ ਹੋਈ ਵੀ ਐ ਪੱਠਪੁੜੇ ਦੀ ਚੰਗੀ ਐ ਮਜ਼ਬੂਤ ਵੀ ਪੂਰੀ ਐ ਤੇ ਖੁੱਲੇ ਡੁੱਲੇ ਹੱਡਾਂ ਪੈਰਾਂ ਦੀ ਬਾਡੀ ਬੰਤਰ ਦੀ ਐ ਹਾਈਟ ਜਿਹੜੀ ਇਹਦੀ ਹੈਗੀ ਐ 63 ਤੋਂ ਬਾਹਰ ਐ ਪੈਸੇ ਬਾਈ ਹੁਣਾਂ ਨੇ 63 ਹੀ ਦੱਸੀ ਐ ਉਹਨਾਂ ਨੇ ਕਿਹਾ ਵੀ ਜੇ ਕੋਈ ਸੱਜਣ ਆਊਗਾ ਵੇਖੂਗਾ ਤਾਂ 63 ਤੋਂ ਪਲੱਸ ਹੋਊਗੀ ਥੱਲੇ ਨਹੀਂ ਆਉਂਦੀ ਅਗਰ ਇਹਦੇ ਆ ਬੱਚੀ ਐ ਸੂਈ ਵੀ ਐ ਕੁੜੀ 27 28 ਦਿਨਾਂ ਦੀ ਬੱਚੀ ਐ ਇਹ ਇਸ ਟਾਈਮ ਤੇ ਜਿਹੜੀ ਇਹਦੇ ਨਾਲ ਮਗਰ ਸੂਈ ਨੂੰ ਘੋੜੀ ਨੂੰ 27-28 ਦਿਨ ਹੋ ਗਏ ਆ ਹੁਣ ਮਲਾਈ ਵੀ ਇਹ ਸਲੇ ਵਿੱਚ ਮੀਟ ਹੋਈ ਵੀ ਐ ਦੁਆਰਾ ਅਰਜਨ ਰੌਲੀ ਵਾਲੇ ਦਾ ਬੱਚਾ ਜੀ ਤੋਂ ਇਹ ਮੀਟ ਕਰਵਾਈ ਐ 15 ਕ ਦਿਨ ਲਗਭਗ 16 ਦਿਨ ਨੂੰ ਇਹਨੂੰ ਹੋ ਗਏ ਮੀਟ ਕਰਵਾਈ ਨੂੰ ਤੇ ਘੋੜੀ ਤੁਸੀਂ ਦੇਖ ਸਕਦੇ ਹੋ ਦੋਸਤੋ ਫੁਲਕਾਰੀ ਘੋੜੀ ਤੇ ਸ਼ਿਵ ਕਵਲਕਾਰੀ ਹੈਗੇ ਆ ਆ ਬੱਚੀ ਐ ਬੱਚੀ ਵੀ ਸੋਹਣੀ ਐ ਤੇ ਘੋੜੀ ਦੇ ਉੱਤੇ ਜਿਹੜੇ ਸਪੌਟ ਉਹ ਤੁਹਾਨੂੰ ਨਜ਼ਰ ਆਉਂਦੇ ਆ ਫੁਲਕਾਰੀ ਸ਼ਿਵਕਾ ਜਿਹੜਾ ਵੀ ਤੁਸੀਂ ਕੋਈ ਸਮਝੋ ਤਾਂ ਉਹ ਹੈਗਾ ਦੋਸਤੋ ਇਸ ਚੀਜ਼ ਦੇ ਵਿੱਚ ਕੋਈ ਅੱਖੋਂ ਪਰੋਖੇ ਨਹੀਂ ਹੋ ਸਕਦੀ ਬਾਕੀ ਬਾਡੀਵੰਤਰ ਚੰਗਾ ਘੋੜੀ ਦਾ ਹੱਡਾਂ ਪੈਰਾਂ ਪੱਖੋਂ ਵੀ ਮਜ਼ਬੂਤ ਐ ਖੁੱਲੀ ਡੁੱਲੀ ਐ ਤੇ ਕਦ ਕਾਠ ਵੀ ਚੰਗਾ ਐ ਏਰੀਆ ਜਿਹੜਾ ਬਾਈ ਹੁਣਾਂ ਦਾ ਹਿਸਾਰ ਐ ਹਰਿਆਣਾ ਸਟੇਟ ਦੇ ਵਿੱਚ ਹਿਸਾਰ ਡਿਸਟ੍ਰਿਕਟ ਐ ਜਿੱਥੇ ਖੜੀ ਐ ਨੰਬਰ ਜਿਹੜਾ ਵੀਰ ਦਾ ਸਕਰੀਨ ਤੇ ਚੱਲਦਾ ਵਾਲਪੋਰੀਆਂ ਦੀ ਬਾਈ ਹੁਣਾਂ ਨੇ ਦੱਸਿਆ ਵੀ ਸਾਫ਼ ਐ ਘੋੜੀ ਤੇ ਜੇ ਕੋਈ ਸੱਜਣ ਚਾਹਵਣ ਹੋਇਆ ਤਾਂ ਬਾਈ ਹੁਣਾਂ ਦੇ ਨਾਲ ਗੱਲਬਾਤ ਕਰ ਲਿਓ ਮੁੱਲ ਐ ਜਿਹੜਾ ਇਹਦਾ ਉਹਨਾਂ ਨੇ ਫੋਨ ਤੇ ਕਰਨਾ ਐ ਇਹਦਾ ਵੀ ਸੱਜਣ ਨੇ ਇੰਟਰਸਟਡ ਹੋਊਗਾ ਉਹ ਫੋਨ ਕਰ ਲੈ ਬਾਈ ਉਹਨਾਂ ਨੂੰ ਤੇ ਮਾਲ ਵਗੈਰਾ ਦੀ ਡਿਟੇਲ ਜਿਹੜੀ ਉਹ ਲੈ ਲੈ ਜਿੰਨੀ ਕਿ ਜਾਣਕਾਰੀ ਮੈਨੂੰ ਉਹਨਾਂ ਨੇ ਦੱਸੀ ਮੇਰੇ ਨਾਲ ਸਾਂਝੀ ਕੀਤੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਲਈ ਇਹਨੂੰ ਵੈਰੀਫਾਈ ਤੁਸੀਂ ਆਪ ਕਰਨਾ ਇੱਕ ਵਾਰ ਜਾਣ ਤੋਂ ਪਹਿਲਾਂ ਜ਼ਰੂਰ ਕਿਸੇ ਵੀ ਜਾਨਵਰ ਦੀ ਜਿਹੜੀ ਵੈਰੀਫਿਕੇਸ਼ਨ ਉਹ ਤੁਸੀਂ ਆਪ ਦੇ ਤਰੀਕੇ ਨਾਲ ਕਰਕੇ ਜਾਇਆ ਕਰੋ ਦੋਸਤੋ ਤੇ ਜੇ ਕਿਸੇ ਸੱਜਣ ਨੇ ਆਪ ਦੇ ਕਿਸੇ ਜਾਨਵਰ ਦੀ ਐਡ ਕਰਵਾਉਣੀ ਹੈ ਆਪਣੇ ਇਸ ਚੈਨਲ ਤੇ ਤਾਂ ਇੱਥੇ ਮੇਰਾ ਨੰਬਰ ਅਕੀਰ ਦੇ ਵਿੱਚ ਚੱਲਦਾ ਹੁੰਦਾ ਤੁਸੀਂ ਮੇਰੇ ਨਾਲ ਗੱਲਬਾਤ ਇੱਥੇ ਕਰ ਸਕਦੇ ਹੋ ਵੀਡੀਓ ਜਾਂਦੇ ਜਾਂਦੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ